कल दे पेपर च सुनन नूं मिलेगा कि गुरुद्वारा ढा के गोल चक्कर इत्थे बनाया जाएगा। असी ते यही चाहने आ कि इह गुरु घर ही रहे। तस्वीरां दे विच नजर आ रही एक गुरुद्वारा साहिब नूं हाई कोर्ट दे वल्लों ढाउण दे हुक्म दे दित्ते गए ने। जी हाँ, गुरुद्वारा साहिब हटा के इत्थे गोल चौराहा बनाउण दे आदेश हाई कोर्ट ने जारी कीते ने। इत्थे भी दस्सिया जा रहा है कि पिछले 25 सालां तों हाई कोर्ट दे विच एक केस चल रहा सी, जिस ते हुण फैसला आया है कि हाई कोर्ट ने हुक्म दित्ते ने कि इस गुरुद्वारा साहिब नूं ढाया जाए। दस दिए कि चंडीगढ़ दे सैक्टर 50-51 ते 62 दे चौंक ते राउंड अबाउट दा काम पूरा होना है। इसे नूं लैके ही हाई कोर्ट दे वल्लों ये आदेश दित्ते गए ने। इत्थे भी दस दिए कि इस संबंधी बीबी चरणजीत कौर, जो कि गुरुद्वारे दे नाल ही संबंधित ने, उन्होंने 1999 च पटीशन दाखिल कीती सी, जिस विच इह कहा गया सी कि इह जमीन एक धार्मिक स्थान है, इस नूं धार्मिक स्थान ही रहन दित्ता जाए। पर चंडीगढ़ प्रशासन ने अदालत दे विच अपनी दलील पेश कीती ते इह कहा है कि इह जमीन सड़क ते है अते इत्थे राउंड अबाउट यानी गोल चौराहा बनाउणा है। 25 साल बाद हुण इह हुक्म जारी होए ने कि गुरुद्वारा सांझा साहिब नूं ढाया जाए। हाई कोर्ट दे वल्लों आदेश जारी कीते गए ने। पंजाब हरियाणा हाई कोर्ट ने 1999 च दाखल पटीशन नूं खारिज कर दिता है ते उन्हां ने इस मामले दे विच दखल देण तों भी इनकार कर दिता है। ए जी, गुरुद्वारा साहिब ते जो बाहर लिखिया है कि 1986 च गुरुद्वारा साहिब तैयार होया बनिया है, ठीक है, ते उस तों बाद इसे तरह ही चल रहा है। संगतां इत्थों दीआं नूं बहुत सहूलत है गुरु घर दी, ਦੋਵੇਂ ਟਾਈਮ ਹਾਜ਼ਰੀ ਵੀ ਲੱਗਦੀ ਹੈ। ਵੈਸੇ ਵੀ ਕੋਈ ਪ੍ਰੋਗਰਾਮ ਹੁੰਦਾ ਭਾਂਡੇ ਬਰਤਨ ਦਾ, ਕਿਸੇ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ, ਉਹ ਸੰਗਤਾਂ ਇੱਥੇ ਕਰਦੀਆਂ ਨੇ। ਸੰਗਤਾਂ ਨੂੰ ਬਹੁਤ ਸੁੱਖ ਹੈ ਜਗ੍ਹਾ ਦਾ। ਅਤੇ ਕੱਲ੍ਹ ਦੇ ਪੇਪਰ 'ਚ ਸੁਣਨ ਨੂੰ ਮਿਲਿਆ ਕਿ ਗੁਰਦੁਆਰਾ ਢਾ ਕੇ ਗੋਲ ਚੱਕਰ ਇੱਥੇ ਬਣਾਇਆ ਜਾਏਗਾ। ਅਤੇ ਆਪਾਂ ਤਾਂ ਬਤੌਰ ਗ੍ਰੰਥੀ ਦੀ ਸੇਵਾ ਇੱਥੇ ਕਰਦੇ ਹਾਂ ਕਰੀਬ 4-5 ਸਾਲ ਤੋਂ, ਅਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹ ਗੁਰੂ ਘਰ ਹੀ ਰਹੇ। ਬਾਕੀ ਜਿਹੜੇ ਇਹਦੇ ਸੰਸਥਾਪਕ ਨੇ ਬਾਬਾ ਚਰਨਜੀਤ ਕੌਰ ਜੀ, ਉਹ ਯੂਪੀ ਰਾਮਪੁਰ ਡਿਸਟ੍ਰਿਕਟ ਦੇ ਵਿੱਚ ਰਹਿ ਰਹੇ ਨੇ, ਉੱਥੇ ਵੀ ਗੁਰੂ ਘਰ ਬਣਾਇਆ ਹੋਇਆ ਉਹਨਾਂ, ਉੱਥੇ ਹੀ ਉਹਨਾਂ ਦਾ ਪਰਿਵਾਰ ਹੈ, ਘਰ ਹੈ, ਅਤੇ ਉਹਨਾਂ ਦੇ ਭਰਾ ਨੇ, ਉਹ ਆਪ ਤਾਂ ਉੱਥੇ ਹੀ ਰਹਿੰਦੇ ਨੇ। ਇੱਥੇ ਸਾਲ 'ਚ 2 ਵਾਰੀ ਆਉਂਦੇ ਨੇ, ਇੱਕ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਪੁਰਬ ਆਉਂਦਾ ਸਰਾਧਾਂ 'ਚ, ਇੱਕ ਹੋਲੇ ਮਹੱਲੇ 'ਤੇ। ਸਾਲ 'ਚ 2 ਵਾਰ ਆਉਂਦੇ ਨੇ, ਕੋਈ 5-7 ਦਿਨ ਇੱਥੇ ਰਹਿ ਜਾਂਦੇ ਨੇ, ਫਿਰ ਉੱਥੇ ਰਹਿੰਦੇ ਨੇ। ਕਿੰਨੀ ਉਮਰ? ਕਰੀਬ 90 ਸਾਲ ਦੇ ਲਾਗੇ ਬੰਨੇ, ਅਤੇ ਕਾਫੀ ਬਜ਼ੁਰਗ ਨੇ, ਵੈਸੇ ਵੀ ਠੀਕ ਨਹੀਂ ਰਹਿੰਦੇ ਥੋੜ੍ਹੇ। ਅਤੇ ਬਾਕੀ ਕੇਸ ਵਗੈਰਾ ਦਾ ਜੋ ਵੀ ਉਹਨਾਂ ਨੂੰ ਜਾਣਕਾਰੀ, ਆਪਾਂ ਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ। ਆਪਾਂ ਉਹਨਾਂ ਦੀ ਪਰਿਵਾਰ ਦੇਖਦਾ ਸਾਰਾ ਕੁਛ, ਕੇਸ ਵਗੈਰਾ? ਹਾਂਜੀ, ਉਹਨਾਂ ਨੇ ਆਪ ਛਾਦੀ ਨਹੀਂ ਕਰਾਈ ਹੈ, ਬੇਹੰਗਮ ਨੇ, ਉਹਨਾਂ ਦੇ ਭਰਾ ਨੇ, ਭਤੀਜੇ ਨੇ, ਉਹੀ ਕੇਸ ਵਗੈਰਾ ਦਾ ਸਾਰਾ ਦੇਖਦੇ ਨੇ। ਅਤੇ ਹੁਣ ਅੱਗੇ ਕਿਵੇਂ ਦੇਖਦੇ ਹੋ, ਕਿਉਂਕਿ ਹਾਈ ਕੋਰਟ ਦਾ ਆਰਡਰ ਹੈ, ਅੱਗੇ ਸੁਪਰੀਮ ਕੋਰਟ ਜਾਣਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਕੋਈ ਗੱਲਬਾਤ? ਇਹ ਤਾਂ ਜੀ ਉਹੀ ਦੇਖ ਸਕਦੇ ਨੇ, ਆਪਾਂ ਨੂੰ ਤਾਂ ਕੋਈ, ਆਪਾਂ ਤਾਂ ਬਤੌਰ ਗ੍ਰੰਥੀ ਸੇਵਾ ਕਰਨੇ ਹਾਂ, ਗੁਰੂ ਘਰ ਦੀ ਸੇਵਾ ਨਾਲ ਹੀ ਮਤਲਬ ਹੈ। ਤੁਸੀਂ ਦੱਸਤਾ ਉਹਨਾਂ ਨੂੰ ਫੋਨ ਕਰੀ ਇੱਦਾਂ ਦਾ ਆਰਡਰ? ਹਾਂਜੀ, ਜੋ ਮੇਰੇ ਕੋਲ ਮੈਸੇਜ ਆਇਆ, ਮੈਂ ਉਹਨਾਂ ਦੇ ਭਤੀਜੇ ਨੂੰ ਇੱਕ ਮੈਸੇਜ ਭੇਜਤਾ, ਅਖਬਾਰ ਦੀ ਕਟਿੰਗ ਹੈਗੀ ਹੈ ਮੇਰੇ ਕੋਲ। ਉਹਨਾਂ ਨੇ ਕੁਛ ਕਿਹਾ? ਨਹੀਂ, ਅਜੇ ਤੱਕ ਕੋਈ ਫੋਨ ਨਹੀਂ ਉਹਨਾਂ ਦਾ ਆਇਆ, ਮਤਲਬ ਰਾਤ 10 ਵਜੇ ਤਾਂ ਮੇਰੇ ਕੋਲ ਆਇਆ ਮੈਸੇਜ, ਅਤੇ ਮੈਂ ਉਹਨਾਂ ਨੂੰ ਭੇਜਤਾ, ਬਾਕੀ ਮੇਰੇ ਕੋਲ ਕੋਈ ਅਜੇ ਇਹੋ ਜਿਹੀ ਖਬਰ ਨਹੀਂ ਆਈ।